ਸੋ ਪੰਜਾਬ ਦੇ ਵਿੱਚ ਮੇਰਾ ਜਨਮ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋਇਆ। ਮੇਰੇ ਪਿੰਡ ਦਾ ਨਾਮ ਹੈ ਜਾਤੀਵਾਲ। ਮੇਰੇ ਫਾਦਰ ਟੀਚਰ ਸੀਗੇ ਅਤੇ ਇੱਕ ਨਾਲ ਖੇਤੀਬਾੜੀ ਕਰਦੇ ਸੀ। ਮੇਰੇ ਦਾਦਾ ਜੀ ਤਹਿਸੀਲਦਾਰ ਸੀਗੇ, ਮਤਲਬ ਮੇਰੇ ਦਾਦੇ ਪੜਦਾਦੇ ਸਾਰੇ ਪੜ੍ਹੇ ਲਿਖੇ ਸੀਗੇ। ਮੇਰੇ ਪਿੰਡ ਦੇ ਵਿੱਚੋਂ ਮੈਂ ਪਹਿਲੀ ਕੁੜੀ ਸੀ ਜਿਹਨੇ ਮੈਂ ਪਹਿਲਾਂ ਗ੍ਰੈਜੂਏਸ਼ਨ ਕੀਤੀ, ਫਿਰ ਪੋਸਟ ਗ੍ਰੈਜੂਏਸ਼ਨ ਕੀਤੀ, ਮਾਸਟਰਸ ਕੀਤੀ ਪੰਜਾਬੀ ਦੇ ਵਿੱਚ। ਔਰ ਜਿਹੜੀ ਮੇਰੀ ਸਭ ਤੋਂ ਬੈਸਟ ਗੱਲ ਹੈਗੀ ਹੈ, ਨਾਲ ਮੇਰੇ ਖੇਤੀਬਾੜੀ ਦਾ ਕੰਮ ਸੀ ਨੇੜੇ ਤੇੜੇ। ਉਹਨਾਂ ਜ਼ਮਾਨਿਆਂ ਦੇ ਵਿੱਚ, ਸਾਡੇ ਵੇਲਿਆਂ ਦੇ ਵਿੱਚ ਕੋਈ ਸਕੂਲ ਕਾਲਜ ਨਹੀਂ ਸੀ ਹੁੰਦੇ। 11ਵੀਂ ਤੱਕ ਮੈਂ ਸਕੂਲ ਦੇ ਵਿੱਚ ਜਾਂਦੀ ਰਹੀ, ਉਹ ਤੋਂ ਬਾਅਦ ਮੇਰੀ ਸਾਰੀ ਸੈਲਫ ਸਟੱਡੀ ਹੈ। ਮੈਂ ਆਪ ਹੀ ਪੜ੍ਹਦੀ ਸੀ ਅਤੇ ਬਸ ਮੈਂ ਐਗਜ਼ਾਮ ਦੇ ਆਉਂਦੀ ਸੀ ਜਾ ਕੇ। ਬੁੱਕਸ ਵਗੈਰਾ ਮੇਰੇ ਦਾਦਾ ਜੀ ਮੇਰੇ ਲਈ ਅਰੇਂਜ ਕਰਦੇ ਸੀਗੇ। ਉਹਨਾਂ ਨੇ ਪਟਿਆਲੇ ਜਾਣਾ, ਯੂਨੀਵਰਸਿਟੀ ਜਾਣਾ, ਮੇਰੀ ਫੀਸ ਦੇ ਆਉਣੀ ਅਤੇ ਮੇਰੇ ਲਈ ਬੁੱਕਸ ਲੈ ਆਉਣੀਆਂ। ਘਰ ਦਾ ਕੰਮ ਮੈਨੂੰ ਬਹੁਤ ਜ਼ਿਆਦਾ ਕਰਨਾ ਪੈਂਦਾ ਸੀ ਕਿਉਂਕਿ ਖੇਤੀ ਦਾ ਕੰਮ ਸੀ। ਉਸ ਵੇਲੇ ਇੰਨੇ ਸਾਧਨ ਨਹੀਂ ਸੀਗੇ, ਖੇਤੀ ਵੀ ਡਿਵੈਲਪ ਕਰਨੀ ਸੀ। ਮੇਰੇ ਫਾਦਰ ਨੇ ਜੌਬ ਵੀ ਕਰਦੇ ਸੀਗੇ, ਮੈਨੂੰ ਖੇਤੀ ਦਾ ਕੰਮ ਵੀ ਨਾਲ ਘਰ ਦਾ ਬਹੁਤ ਜ਼ਿਆਦਾ ਕਰਾਉਣਾ ਪੈਂਦਾ ਸੀਗਾ। ਸੋ ਨਾਲ ਮੇਰੀ ਸਟੱਡੀ ਸੈਲਫ ਸਟੱਡੀ ਸੀ। ਛੋਟੇ ਭੈਣ ਭਰਾ, ਮਦਰ, ਖੇਤੀ ਦਾ ਕੰਮ ਬਹੁਤ ਜ਼ਿਆਦਾ ਹੁੰਦਾ। 20 ਮੈਂਬਰ ਅਸੀਂ ਫੈਮਿਲੀ ਮੈਂਬਰ ਸੀਗੇ। ਮੈਂ ਸਾਰਿਆਂ ਤੋਂ ਵੱਡੀ ਸੀ, ਮੇਰੇ ਦੋ ਛੋਟੇ ਬ੍ਰਦਰ ਸੀ, ਮੇਰੇ ਚਾਚਾ ਜੀ ਦੀ ਫੈਮਿਲੀ ਨਾਲ ਰਹਿੰਦੀ ਸੀਗੀ। ਸੋ ਮੈਨੂੰ ਬਹੁਤ ਜ਼ਿਆਦਾ ਸਖਤ ਮਿਹਨਤ ਦੇ ਵਿੱਚ ਪੜ੍ਹਨਾ ਪਿਆ, ਪਰ ਮੈਂ ਆਪਣੀ ਬਹੁਤ ਸਿਰੜ ਦੇ ਨਾਲ ਪੜ੍ਹਦੀ ਰਹੀ ਵਿਦਆਊਟ ਐਨੀ ਹੈਲਪ। ਉਹਦੇ ਵਿੱਚ ਦੋ ਗੱਲਾਂ ਸੀਗੀਆਂ। ਇੱਕ ਤਾਂ ਮੇਰੇ ਦਾਦਾ ਜੀ ਸੀਗੇ ਜਿਹੜੇ, ਉਸ ਵੇਲੇ ਇੱਕ ਮੈਗਜ਼ੀਨ ਆਉਂਦਾ ਹੁੰਦਾ ਸੀਗਾ, ਗੁਰਬਖਸ਼ ਸਿੰਘ ਪ੍ਰੀਤਲੜੀ, ਬਹੁਤ ਅੱਛੇ ਰਾਈਟਰ ਸੀ। ਉਹਨਾਂ ਦਾ ਉਸ ਵੇਲੇ ਮੈਗਜ਼ੀਨ ਆਉਂਦਾ ਹੁੰਦਾ ਸੀ ਪ੍ਰੀਤਲੜੀ, ਤਾਂ ਮੇਰੇ ਦਾਦਾ ਜੀ ਪੜ੍ਹੇ ਲਿਖੇ ਸੀਗੇ। ਉਹਨਾਂ ਨੇ ਉਹਦੇ ਵਿੱਚੋਂ ਕੁਛ ਖਾਸ ਟੋਪਿਕ ਅੰਡਰਲਾਈਨ ਕਰਕੇ ਮੈਨੂੰ ਦੇਣੇ ਵੀ ਭੈਣਾਂ ਨੂੰ ਪੜ੍ਹੋ। ਅਤੇ ਮੇਰੇ ਮਦਰ ਸੀ ਜਿਹੜੇ, ਮੇਰੇ ਨਾਨਾ ਜੀ ਹਾਈਕੋਰਟ ਦੇ ਵਕੀਲ ਸੀਗੇ, ਮੇਰੇ ਮਦਰ ਵੀ ਪੜ੍ਹੇ ਲਿਖੇ ਸੀਗੇ। ਮੇਰੇ ਮਦਰ ਨੂੰ ਇੱਕ ਇਹ ਸੀ ਵੀ ਸਾਡੇ ਲਈ ਦੋਨੋਂ ਚੀਜ਼ਾਂ ਬਰਾਬਰ ਚੱਲਣ, ਮੇਰੀ ਕੁੜੀ ਘਰ ਦੇ ਕੰਮ ਵਿੱਚ ਵੀ ਪਰਫੈਕਟ ਹੋਵੇ ਪਰ ਨਾਲ ਪੜ੍ਹੇ ਵੀ। ਸੋ ਉਹਨਾਂ ਨੇ ਜਦੋਂ ਵੀ ਥੋੜ੍ਹਾ ਟਾਈਮ ਵਿੱਚੋਂ ਮੈਂ ਫ੍ਰੀ ਹੋਣਾ, ਉਹਨਾਂ ਨੇ ਮੈਨੂੰ ਕਹਿਣਾ ਜਾਓ ਵੀ ਬਾ ਤੁਸੀਂ ਪੜ੍ਹੋ ਬੈਠ ਕੇ। ਅਤੇ ਇੱਕ ਮੇਰੇ ਅੰਦਰ ਇਹ ਸੀਗਾ ਜਦੋਂ ਮੈਂ ਸਕੂਲ ਲਾਈਫ ਦੇ ਵਿੱਚ ਸੀਗੀ, 10ਵੀਂ ਤੱਕ ਤਾਂ ਮੈਂ ਸਕੂਲ, 11ਵੀਂ ਤੱਕ ਗਈ, ਜਿਹੜੀ ਮੇਰੀ ਪੰਜਾਬੀ ਟੀਚਰ ਸੀਗੇ ਉਹਨਾਂ ਨਾਲ ਮੈਨੂੰ ਬੜਾ ਪਿਆਰ ਸੀ। ਉਹਨਾਂ ਨੇ ਕੋਈ ਵੀ ਟੋਪਿਕ, ਜਿਵੇਂ ਉਦੋਂ ਸਾਡਾ ਸਿਲੇਬਸ ਹੁੰਦਾ ਸੀਗਾ ਚਿੱਠੀ ਪੱਤਰ ਲਿਖਣੇ, ਰਿਟਨ ਵਰਕ ਹੁੰਦਾ ਸੀਗਾ, ਐਸੇ ਲਿਖਣਾ, ਉਹਨਾਂ ਨੇ ਕੋਈ ਵੀ ਸਾਨੂੰ ਹੋਮਵਰਕ ਦੇਣਾ ਤਾਂ ਮੈਂ ਉਹਨੂੰ ਕਦੇ ਵੀ ਕਿਤੋਂ ਗਾਈਡ ਤੋਂ ਜਾਂ ਕਿਤੋਂ ਕਾਪੀ ਨਹੀਂ ਸੀ ਕੀਤਾ। ਮੇਰੇ ਦਿਮਾਗ ਦੇ ਵਿੱਚੋਂ ਸਾਰਾ ਕੁਛ ਸੁੱਜਦਾ ਹੁੰਦਾ ਸੀ। ਮੈਂ ਮਤਲਬ ਜਦੋਂ ਮੈਂ ਸਕੂਲ ਲੈ ਕੇ ਜਾਣਾ ਤਾਂ ਮੇਰੇ ਟੀਚਰ ਨੇ ਬੜੇ ਹੈਰਾਨ ਹੋਣਾ ਕਿ ਤੇਰੀ ਜਿਹੜੀ ਇਹਦੀ ਸਟਾਰਟਿੰਗ ਹੈ, ਜੋ ਤੂੰ ਇਹਦੀ ਭੂਮਿਕਾ ਬਣਦੀ ਹੈ ਲੈਟਰ ਦੀ, ਐਸੇ ਦੀ, ਜੋ ਵੀ, ਇੱਕ ਬਿਲਕੁਲ ਅਲੱਗ ਚੀਜ਼ ਹੈ। ਉਹ ਮੈਨੂੰ ਪੰਜਾਬੀ ਟੀਚਰ ਨਾਲ ਬਹੁਤ ਪਿਆਰ ਹੋ ਗਿਆ ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਮੈਂ ਪੰਜਾਬੀ ਟੀਚਰ ਬਣਾ। ਇਸ ਚੀਜ਼ ਨੇ ਫਿਰ ਮੇਰੇ ਘਰ ਦੇ ਮਾਂ ਪਿਓ ਨੇ, ਮੇਰੇ ਦਾਦਾ ਜੀ ਦੇ ਸ਼ੌਕ ਨੇ ਕਿਉਂਕਿ ਸਾਰੇ ਪੜ੍ਹੇ ਲਿਖੇ ਸੀਗੇ, ਉਹਨਾਂ ਚੀਜ਼ਾਂ ਨੇ ਮੈਨੂੰ ਦੋਨੋਂ ਪਾਸੇ ਰੱਖਿਆ, ਘਰ ਦੇ ਕੰਮ ਲਈ ਵੀ ਅਤੇ ਪੜ੍ਹਾਈ ਲਈ। ਗੁਰਬਖਸ਼ ਸਿੰਘ ਬਾਰੇ ਫਿਰ ਮੈਂ ਕਾਫੀ ਪੜ੍ਹਦੀ ਰਹੀ, ਉਹਨਾਂ ਦੀਆਂ ਬੁੱਕਸ ਪੜ੍ਹੀਆਂ ਨੇ, ਹੁਣ ਨਾਮ ਵਗੈਰਾ ਸ਼ਾਇਦ ਨਾਮ ਮੈਨੂੰ ਚੇਤੇ ਆਉਣ। ਉਸ ਤੋਂ ਬਾਅਦ ਫਿਰ ਮੈਂ ਇੱਕ ਮੇਰੀ ਲਾਈਫ ਦੇ ਵਿੱਚ ਹੋਰ ਵੱਡਾ ਹੋਇਆ ਕਿ ਮੈਂ ਗ੍ਰੈਜੂਏਸ਼ਨ ਤੱਕ ਕਰ ਲਈ, ਪੋਲੀਟੀਕਲ ਸਾਇੰਸ, ਇਕਨੋਮਿਕਸ, ਪੰਜਾਬੀ ਕੰਪਲਸਰੀ ਅਤੇ ਇੰਗਲਿਸ਼, ਚਾਰ ਸਬਜੈਕਟ ਸੀਗੇ। ਗ੍ਰੈਜੂਏਸ਼ਨ ਤੋਂ ਬਾਅਦ ਮੇਰੇ ਮਨ 'ਚ ਜਦੋਂ ਆਇਆ ਕਿ ਮੈਂ ਤਾਂ ਮਾਸਟਰਸ ਕਰਨੀ ਹੈ ਪੰਜਾਬੀ ਦੇ ਵਿੱਚ, ਮੇਰੇ ਫਾਦਰ ਕਹਿੰਦੇ ਸੀਗੇ ਤੂੰ ਇਕਨੋਮਿਕਸ ਦੀ ਐੱਮ ਏ ਕਰ। ਉਹ ਮੇਰੇ ਲਈ ਪੋਸੀਬਲ ਨਹੀਂ ਸੀ ਕਿਉਂਕਿ ਕਾਫੀ ਔਖੀ ਹੁੰਦੀ ਹੈ। ਫਿਰ ਮੈਨੂੰ ਕਹਿੰਦੇ ਤੇਰੀ ਪੰਜਾਬੀ ਯੂਨੀਵਰਸਿਟੀ ਐਡਮਿਸ਼ਨ ਕਰਾ ਦਿੰਦੇ ਹਾਂ। ਫਿਰ ਮੇਰਾ ਮਨ ਨਹੀਂ ਸੀ ਮੰਨਦਾ ਕਿ ਮੈਂ ਹੁਣ ਘਰ ਦੇ ਹੀ ਹਾਂ, ਮੈਂ ਆਪਣੀ ਮਦਰ ਦੀ ਹੈਲਪ ਕਰਦੀ, ਮੈਂ ਆਪਣੀ ਮਦਰ ਨੂੰ ਛੱਡ ਕੇ ਨਹੀਂ ਜਾ ਸਕਦੀ, ਉਹ ਕਿਵੇਂ ਕੰਮ ਕਰੂਗੀ। ਸੋ ਮੈਂ ਕਿਹਾ ਮੈਂ ਪੰਜਾਬੀ ਦੀ ਐੱਮ ਏ ਕਰਨੀ ਹੈ। ਜਦੋਂ ਉਹਦੇ ਲਈ ਫੀਸ ਦੇਣ ਗਏ ਮੇਰੇ ਦਾਦਾ ਜੀ, ਉਹ ਕਹਿੰਦੇ ਜੀ ਤੁਹਾਡਾ ਬੱਚਾ ਐਲੀਜੀਬਲ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਪੰਜਾਬੀ ਇਲੈਕਟਿਵ ਨਹੀਂ ਪੜ੍ਹੀ ਬੀ ਏ ਤੱਕ। ਫਿਰ ਮੈਨੂੰ ਇੱਕ ਸਾਲ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਗਿਆਨੀ ਕਰਨੀ ਪਈ ਕਿਉਂਕਿ ਪੰਜਾਬੀ ਲਈ ਜਾਂ ਤਾਂ ਮੈਂ ਪੰਜਾਬੀ ਇਲੈਕਟਿਵ ਪੜ੍ਹੀ ਹੁੰਦੀ ਜਾਂ ਮੈਨੂੰ ਗਿਆਨੀ ਕਰਨੀ ਪੈਣੀ ਸੀਗੀ। ਫਿਰ ਮੈਂ ਇੱਕ ਮਹੀਨੇ ਦੇ ਵਿੱਚ ਗਿਆਨੀ ਦੇ, ਸਾਡੇ ਉਦੋਂ 7 ਪੇਪਰ ਹੁੰਦੇ ਸੀਗੇ, ਗਿਆਨੀ ਪੜ੍ਹੀ, ਗਿਆਨੀ ਦੇ ਪੇਪਰ ਦਿੱਤੇ। ਉਹਦੇ ਵਿੱਚ ਮੈਨੂੰ 7 ਪੇਪਰਾਂ ਦੇ ਵਿੱਚੋਂ ਮੈਂ ਸੈਕਿੰਡ ਡਿਵੀਜ਼ਨ ਦੇ ਵਿੱਚ ਪਾਸ ਹੋਈ, ਇੱਕ ਮਹੀਨੇ ਦੇ ਵਿੱਚ ਤਿਆਰ ਹੋ ਕੇ ਕਿਉਂਕਿ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀਗਾ। ਸੋ ਗਿਆਨੀ ਦੇ ਵਿੱਚ ਲਿਟਰੇਚਰ ਬਹੁਤ ਸੀਗਾ, ਉਹਦੇ ਵਿੱਚ ਇੱਕ ਬੁੱਕ ਸੀਗੀ ਗਿਆਨੀ ਗੁਰਦਿੱਤ ਸਿੰਘ ਜੀ ਮੇਰਾ ਪਿੰਡ, ਮੇਰਾ ਪਿੰਡ ਗਿਆਨੀ ਗੁਰਦਿੱਤ ਸਿੰਘ ਦੀ। ਤੁਸੀਂ ਉਹਨੂੰ ਪੜ੍ਹੋਗੇ ਤਾਂ ਤੁਸੀਂ ਜਨਮ ਤੋਂ ਲੈ ਕੇ ਮਰਨ ਤੱਕ ਸਭ ਕੁਝ ਉਹਦੇ 'ਚੋਂ ਸਾਡੇ ਪਿੰਡ ਦੇ ਸੱਭਿਆਚਾਰ ਦੀ ਤਸਵੀਰ ਦੇਖ ਸਕਦੇ ਹੋ, ਬਹੁਤ ਕੁਛ ਮਿਲਦਾ ਉਹਦੇ ਵਿੱਚ। ਹਾਂਜੀ, ਗ੍ਰੈਜੂਏਸ਼ਨ ਤੋਂ ਬਾਅਦ ਫਿਰ ਮੈਂ ਗਿਆਨੀ ਕੀਤੀ, ਗਿਆਨੀ ਦੇ ਵਿੱਚੋਂ ਸੈਕਿੰਡ ਡਿਵੀਜ਼ਨ ਆ ਗਈ, ਅੱਛੇ ਨੰਬਰ ਆਏ ਮੇਰੇ। ਉਸ ਤੋਂ ਬਾਅਦ ਫਿਰ ਮੈਂ ਪੰਜਾਬੀ ਐੱਮ ਏ ਸਟਾਰਟ ਕਰ ਲਈ। 2 ਸਾਲ ਉਹਦੇ ਵਿੱਚ ਐੱਮ ਏ ਵੀ ਕੀਤੀ ਅਤੇ ਦਰੀਆਂ ਵੀ ਬੁਣੀਆਂ।
ਦਰੀਆਂ ਪਤਾ ਤੁਹਾਨੂੰ? ਇਹ ਮੁੰਡਿਆਂ ਨੂੰ ਨਹੀਂ ਪਤਾ ਹੋਣਾ, ਸੋ ਉਹ ਦਰੀਆਂ ਵੀ ਬੁਣੀਆਂ, ਦਰੀਆਂ ਬੁਣੀਆਂ, ਕਢਾਈਆਂ ਕੀਤੀਆਂ, ਸਵੈਟਰ ਬੁਣੇ। ਫਿਰ ਰੋਟੀ ਪਾਣੀ ਤੋਂ ਬਿਨਾਂ ਮਦਰ ਨੇ ਉੱਧਰ ਨੂੰ ਲਾਇਆ ਕਿ ਇਹ ਕੰਮ ਵੀ ਜ਼ਰੂਰੀ ਨੇ ਲਾਈਫ ਦੇ ਵਿੱਚ, ਸਵੈਟਰ ਕੋਟੀਆਂ ਸਿੱਖਣੇ, ਕਢਾਈ ਸਿੱਖਣੀ। ਨਾਲ ਨਾਲ ਉਹ ਚੱਲਦਾ ਰਿਹਾ, ਮੈਚਿਓਰ ਹੋ ਗਈ ਸੀ ਕਾਫੀ, ਫਿਰ ਨਾਲ ਨਾਲ ਮੇਰੀ ਸਟੱਡੀ ਚੱਲਦੀ ਰਹੀ। 2 ਸਾਲ ਐੱਮ ਏ ਦੇ ਵਿੱਚ ਲਾ ਕੇ ਮੈਂ 84 ਦੇ ਵਿੱਚ ਐੱਮ ਏ ਕੀਤੀ। 84 ਦੇ ਵਿੱਚ ਐੱਮ ਏ ਕਰਕੇ ਤਾਂ ਉਸ ਵੇਲੇ ਵਿਆਹ ਦੀਆਂ ਸਲਾਹ ਹੋਣ ਲੱਗ ਗਈਆਂ ਘਰ ਦੇ ਵਿੱਚ, ਸਾਰੇ ਬੀਜੀ ਨੇ ਬੜਾ ਰੌਲਾ ਪਾਉਣਾ, ਜਲਦੀ ਮੁੰਡਾ ਲੱਭੋ, ਕੁਛ ਕਰੋ। ਫਿਰ ਮੈਂ 1 ਸਾਲ ਕੰਡੀਸ਼ਨ ਰੱਖੀ ਕਿ ਮੈਂ ਬਹੁਤ ਕੰਮ ਕੀਤਾ, ਬਹੁਤ ਸਟੱਡੀ ਕੀਤੀ ਆਪਣੇ ਆਪ, ਹੁਣ ਮੈਨੂੰ 1 ਸਾਲ ਛੁੱਟੀ ਦਿਓ, ਮੈਂ ਆਰਾਮ ਨਾਲ ਸੌਣਾ, ਆਰਾਮ ਨਾਲ ਉੱਠਣਾ, ਹੁਣ ਮੈਂ ਕੋਈ ਕੰਮ ਨਹੀਂ ਕਰਨਾ। ਸੋ 1 ਸਾਲ ਫਿਰ ਮੈਂ ਉਹਨਾਂ ਨੂੰ ਰੋਕਿਆ ਕਿ ਮੇਰਾ ਵਿਆਹ ਇੰਨੀ ਛੇਤੀ ਨਾ ਕਰੋ। ਉਸ ਤੋਂ ਬਾਅਦ ਵਿਆਹ ਹੋ ਗਿਆ, ਵਿਆਹ ਮੇਰਾ 86 ਦੇ ਵਿੱਚ, ਫਰਵਰੀ 86 ਦੇ ਵਿੱਚ ਹੋਇਆ। ਮੇਰੇ ਹਸਬੈਂਡ ਕਾਲਜ ਪ੍ਰੋਫੈਸਰ ਸੀਗੇ, ਫਿਰ ਉਹਨਾਂ ਨੇ ਆ ਕੇ ਮੇਰੀ ਬੜੀ ਹੈਲਪ ਕੀਤੀ। ਮੈਂ ਉਹਨਾਂ ਨੂੰ ਆ ਕੇ ਫਿਰ ਸੋਚੋ, ਪੇਰੈਂਟਸ ਨੂੰ ਮੈਂ ਜਦੋਂ ਦੱਸਿਆ ਕਿ ਮੈਂ ਜੋਬ ਕਰਨੀ ਚਾਹੁੰਦੀ ਹਾਂ, ਮੇਰੇ ਫਾਦਰ ਕਹਿੰਦੇ ਆਪਣੇ ਤੋਂ ਕੁੜੀਆਂ ਸਰਵਿਸ ਨਹੀਂ ਕਰਦੀਆਂ, ਜੋਬ ਕਰਦੀਆਂ ਨਹੀਂ, ਅਸੀਂ ਨਹੀਂ ਬੇਟਾ ਕਰਾਉਣੀ, ਅਸੀਂ ਕੁੜੀਆਂ ਦੀ ਕਮਾਈ ਨਹੀਂ ਖਾਣੀ। ਸੋ ਉਹ ਵੀ ਇੱਕ ਮੈਨੂੰ ਔਖਾ ਲੱਗਿਆ, ਕਿਉਂਕਿ ਆਪਣੀ ਮਰਜ਼ੀ ਨਾਲ ਮੈਂ ਕੁਛ ਨਹੀਂ ਸੀ ਕਰ ਸਕਦੀ, ਉਹਦੇ ਲਈ ਮੈਨੂੰ ਬੀਐਡ ਕਰਨੀ ਪੈਣੀ ਸੀਗੀ। ਪਾਪਾ ਜੀ ਕਹਿੰਦੇ ਬੀਐਡ ਨਹੀਂ ਬੇਟਾ ਕਰਨੀ, ਹੁਣ ਤੂੰ ਆਪਣੇ ਘਰ ਜਾ, ਅਸੀਂ ਤੇਰਾ ਵਿਆਹ ਕਰਨਾ। ਤਾਂ ਜਦੋਂ ਵਿਆਹ ਹੋਇਆ, ਅੱਗੇ ਜਿਹੜਾ ਪਰਿਵਾਰ ਸੀ ਬੜਾ ਗੁਰਸਿੱਖ ਪਰਿਵਾਰ ਸੀ, 5 ਬ੍ਰਦਰ ਸੀ ਮੇਰੇ ਹਸਬੈਂਡ ਹੋਣੀ, 2 ਉਹਨਾਂ ਦੀਆਂ ਭੈਣਾਂ ਸੀ, ਸਾਰੇ ਮੈਰਿਡ ਸੀਗੇ। ਮੈਂ ਸਾਰਿਆਂ ਤੋਂ ਛੋਟੀ ਸੀ, ਇੱਧਰ ਪੇਕੇ ਘਰ ਸਾਰਿਆਂ ਤੋਂ ਵੱਡੀ ਸੀ, ਇਕੱਲੀ ਭੈਣ ਸੀ, ਅਤੇ ਇੱਧਰ ਸਾਰਿਆਂ ਤੋਂ ਛੋਟੀ ਸੀ, ਵੱਡਾ ਪਰਿਵਾਰ ਸੀਗਾ। ਇਹ ਮੇਰੇ ਜਿਹੜੇ ਫਾਦਰ ਇਨ ਲਾ ਸੀ ਬਹੁਤ ਗੁਰਸਿੱਖ ਸੀਗੇ, ਐਵਰੀ ਡੇ 5 ਬਾਣੀਆਂ ਦਾ ਪਾਠ ਕਰਨਾ, ਸਾਰਾ ਪਰਿਵਾਰ ਹੀ ਗੁਰਸਿੱਖ ਸੀਗਾ, ਲੇਡੀਜ਼ ਵੀ ਪਾਠ ਕਰਦੀਆਂ ਸੀ ਘਰ ਦੇ ਵਿੱਚ, ਗੁਰੂ ਘਰ ਨਾਲ ਸਾਰੇ ਜੁੜੇ ਹੋਏ ਸੀ। ਫਿਰ ਆ ਕੇ ਉਹਨਾਂ ਦੀ ਰੀਤ ਨੂੰ ਅਡੋਪਟ ਕੀਤਾ, ਸੁਖਮਨੀ ਸਾਹਿਬ ਦਾ ਪਾਠ ਐਵਰੀ ਡੇ ਕਰਨਾ, ਜਪਜੀ ਸਾਹਿਬ, ਉਹ ਪਾਠ ਯਾਦ ਹੋ ਗਏ ਸਾਰੇ ਜਵਾਨੀ, ਪਾਠ ਕਰਦੇ ਰਹੇ। 2 ਬੱਚੇ ਹੋ ਗਏ ਜਲਦੀ ਜਲਦੀ। ਹਸਬੈਂਡ ਨੂੰ ਆਪਣਾ ਦੱਸਿਆ ਕਿ ਮੇਰਾ ਸ਼ੌਕ ਹੈ ਮੈਂ ਜੋਬ ਕਰਾਂ, ਫਿਰ ਉਹੀ ਪ੍ਰੋਬਲਮ, ਫਾਦਰ ਇਨ ਲਾ ਨਾ ਮੰਨਣ, ਕੋਈ ਵੀ ਨਾ ਮੰਨੇ ਕਿ ਨਹੀਂ ਆਪਣੇ ਘਰਾਂ 'ਚ ਕੁੜੀਆਂ ਜੋਬ ਨਹੀਂ ਕਰਦੀਆਂ। ਫਿਰ ਕੀ ਹੋਇਆ, ਮੇਰੇ ਹਸਬੈਂਡ ਦੀ ਪੋਸਟਿੰਗ ਗੁਰੂਸਰ ਸੁਧਾਰ ਹੈਗਾ ਲੁਧਿਆਣੇ ਜ਼ਿਲ੍ਹੇ ਦਾ ਕਾਲਜ ਆ, ਉੱਥੇ ਮਿੰਨੀ ਯੂਨੀਵਰਸਿਟੀ ਕਹਿੰਦੇ ਉਹਨੂੰ, ਇਹਨਾਂ ਦੀ ਪੋਸਟਿੰਗ ਉੱਥੇ ਸੀਗੀ। ਤਾਂ ਮੈਨੂੰ ਬੱਚਿਆਂ ਨੂੰ ਨਾਲ ਲੈ ਕੇ ਉੱਥੇ ਆਉਣਾ ਪਿਆ, ਕਿਉਂਕਿ ਮੁਸ਼ਕਲ ਸੀਗਾ, ਪਿੰਡ ਆਉਣਾ ਜਾਣਾ ਦੂਰ ਪੈਂਦਾ ਸੀ। ਜਦੋਂ ਅਸੀਂ ਉੱਥੇ ਆ ਗਏ ਤਾਂ ਮੇਰੇ ਹਸਬੈਂਡ ਨੇ ਮੇਰੀ ਹੈਲਪ ਕੀਤੀ, ਮੈਨੂੰ ਉੱਥੇ ਕਾਲਜ ਦੇ ਵਿੱਚ ਬੀਐਡ ਦੇ ਵਿੱਚ ਐਡਮਿਸ਼ਨ ਕਰਵਾਤੀ। ਮਤਲਬ ਮੇਰੇ ਸ਼ੌਕ ਹਮੇਸ਼ਾ ਰਹੇ, ਪਰ ਥੋੜ੍ਹੀ ਥੋੜ੍ਹੀ ਅੜਚਣਾਂ ਵੀ ਆਉਂਦੀਆਂ ਰਹੀਆਂ। ਹਸਬੈਂਡ ਨੇ ਬੀਐਡ ਦੇ ਵਿੱਚ ਐਡਮਿਸ਼ਨ ਕਰਾ ਲਈ, 1 ਸਾਲ ਦੇ ਵਿੱਚ ਮੇਰੀ ਬੀਐਡ ਕੰਪਲੀਟ ਹੋ ਗਈ। 2 ਬੱਚੇ ਸੀਗੇ, ਉਹਨਾਂ ਨੂੰ ਵੀ ਸਕੂਲ ਭੇਜਦੀ ਸੀਗੀ, ਫਿਰ ਸਖਤ ਮਿਹਨਤ ਸ਼ੁਰੂ ਹੋਈ ਬਹੁਤ। ਬੀਐਡ ਦਾ ਰਿਜ਼ਲਟ ਨਹੀਂ ਸੀ ਹਾਲੇ ਆਇਆ, ਤਾਂ ਉੱਥੇ ਗੁਰੂ ਨਾਨਕ ਪਬਲਿਕ ਸਕੂਲ ਸੀਗਾ ਸ਼੍ਰੋਮਣੀ ਕਮੇਟੀ ਦੇ ਅੰਡਰ, ਉਹਦੇ ਵਿੱਚ ਮੇਰੀ ਪੋਸਟਿੰਗ ਹੋਈ। ਜਦੋਂ ਉੱਥੇ ਪੋਸਟਿੰਗ ਹੋਈ, ਅਸੀਂ ਬੜੇ ਚਾਅ ਨਾਲ ਘਰ ਆ ਕੇ ਫਾਦਰ ਇਨ ਲਾਅ ਨੂੰ ਫੋਨ ਕੀਤਾ ਕਿ ਬਾਪੂ ਜੀ ਸਾਨੂੰ ਇੱਦਾਂ ਜੋਬ ਮਿਲ ਗਈ ਹੈ, ਸੋ ਮੈਂ ਸਕੂਲ ਸਟਾਰਟ ਕਰਨਾ। ਉਹ ਮੈਨੂੰ ਫੋਨ 'ਤੇ ਕਹਿੰਦੇ ਵੀ ਬਾ ਕਿੰਨੇ ਪੈਸੇ ਦੇਣਗੇ ਸਕੂਲ ਵਾਲੇ। ਉਦੋਂ 2500 ਰੁਪਈਆ ਬਹੁਤ ਜ਼ਿਆਦਾ ਹੁੰਦਾ ਸੀਗਾ। ਮੈਨੂੰ ਚਾਅ ਬਹੁਤ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹੁੰਚ ਗਈ ਜਿੱਥੇ ਮੈਂ ਪਹੁੰਚਣਾ ਚਾਹੁੰਦੀ ਸੀ। ਉਹ ਕਹਿੰਦੇ ਤੈਨੂੰ 2500 ਰੁਪਈਆ ਮੈਂ ਘਰ ਬੈਠੀ ਨੂੰ ਦਊਂਗਾ, ਤੂੰ ਬੱਚੇ ਪਾਲ, ਬੱਚਿਆਂ ਵੱਲ ਤੂੰ ਧਿਆਨ ਨਹੀਂ ਦੇਣਾ ਜੇ ਤੂੰ ਨੌਕਰੀ ਕਰਨ ਲੱਗ ਗਈ, ਕਿਉਂਕਿ ਬਿਲਕੁਲ ਮਾਹੌਲ ਨਹੀਂ ਸੀ ਉਸ ਵੇਲੇ ਸਾਡੇ ਘਰਾਂ ਦੇ ਵਿੱਚ ਨੌਕਰੀ ਦਾ। ਬੜਾ ਦਿਲ ਟੁੱਟਿਆ, ਮੇਰਾ ਮਨ ਸੀ, ਹੁਣ ਬਾਪੂ ਜੀ ਜਵਾਬ ਦੇਈ ਜਾਂਦੇ ਨੇ ਕਿ ਨੌਕਰੀ ਨਹੀਂ ਕਰਨੀ। ਚਲੋ ਅਸੀਂ ਘਰ ਬੈਠ ਕੇ ਵਿਚਾਰ ਕੀਤੀ, ਮੇਰੇ ਹਸਬੈਂਡ ਕਹਿੰਦੇ ਨਹੀਂ ਤੇਰਾ ਮਨ ਹੈ ਤਾਂ ਆਪਾਂ ਕਰਾਂਗੇ, ਆਪਾਂ ਬਾਪੂ ਜੀ ਨੂੰ ਮਨਾ ਲਾਂਗੇ, ਸਕੂਲ ਜੁਆਇਨ ਕਰ ਲਿਆ। ਮੇਰੇ ਫਾਦਰ ਇਨ ਲਾਅ ਪਿੰਡ ਤੋਂ ਸਾਡੇ ਕੋਲ ਰਹਿਣ ਆਏ, 10 ਦਿਨ ਉਹ ਮੇਰੇ ਕੋਲ ਰਹੇ। ਉਹਦੇ ਵਿੱਚ ਕੀ ਸੀਗਾ, ਕਿਉਂਕਿ ਸਖਤ ਮਿਹਨਤ ਦੀ ਆਦਤ ਤਾਂ ਮਦਰ ਦੇ ਘਰ ਤੋਂ ਹੀ ਪੈ ਗਈ ਸੀਗੀ। ਮੈਂ ਆਪਣੇ 2 ਬੱਚਿਆਂ ਦੇ ਬਾਲ ਰੱਖੇ ਹੁੰਦੇ ਸੀ, ਉਹਨਾਂ ਦੀਆਂ ਮੀਡੀਆ ਗੁੰਦ ਕੇ ਜੂੜੇ ਕਰਨੇ, ਸਵੇਰੇ ਉੱਠ ਕੇ ਉਹਨਾਂ ਨੂੰ ਰੈਡੀ ਕਰਨਾ, ਛੋਟੇ ਸੀਗੇ, 1-4 ਸਾਲ ਦਾ ਸੀ, 1-6.5 ਸਾਲ ਦਾ ਸੀਗਾ। ਫਿਰ ਮੈਂ ਉਹਨਾਂ ਲਈ ਲੰਚ ਬੋਕਸ ਤਿਆਰ ਕਰਨਾ, ਉਹਦੇ ਵਿੱਚ ਸਾਰਾ ਕੁਛ ਪਾਉਣਾ, ਸਵੀਡਿਸ਼ ਵੀ ਬਣਾ ਕੇ ਪਾਉਣੀ, ਦਹੀਂ ਵੀ ਪਾਉਣਾ, ਅਲੱਗ ਅਲੱਗ ਉਹਨਾਂ ਨੂੰ ਰੱਖਣਾ। ਇੱਥੇ ਤਾਂ ਆਪਣੇ ਕੋਲ ਸਹੂਲਤਾਂ ਬਹੁਤ ਨੇ, ਪਰ ਉੱਥੇ ਨਹੀਂ ਸੀ ਹੁੰਦੀਆਂ। ਜਦੋਂ ਮੈਂ ਸਾਰਾ ਖਾਣਾ ਵਗੈਰਾ ਪੈਕ ਕਰਕੇ ਬੱਚਿਆਂ ਨੂੰ ਰੈਡੀ ਕਰਕੇ ਉਹਨਾਂ ਦੇ ਨਾਲ ਜਾਣਾ, ਮੇਰੇ ਬਾਪੂ ਜੀ ਨੇ ਦੇਖਣਾ ਕਿ ਨਹੀਂ ਉਹਨਾਂ ਲਈ ਖਾਣਾ। ਮੈਂ ਕਹਿਣਾ ਬਾਪੂ ਜੀ ਇਹ ਨਾ ਸੋਚੋ ਕਿ ਮੈਂ ਐਜ਼ ਅ ਟੀਚਰ ਜਾ ਰਹੀ ਹਾਂ, ਟੀਚਰ ਮੇਰਾ ਵੱਖਰਾ, ਮਤਲਬ ਮੇਰੀਆਂ 2-2 ਡਿਊਟੀਆਂ ਸਦਾ ਹੀ ਨਾਲ ਨਾਲ ਚੱਲਦੀਆਂ ਰਹੀਆਂ ਕਿ ਮੈਂ ਟੀਚਰ ਹੈਗੀ ਹਾਂ ਉੱਥੇ, ਪਰ ਮੈਂ ਤੁਹਾਡੇ ਬੱਚਿਆਂ ਦੀ ਇੱਕ ਆਇਆ ਵੀ ਹੈਗੀ ਹਾਂ। ਇਹਨਾਂ ਨੂੰ ਮੈਂ ਰਿਸੈਸ ਦੇ ਵਿੱਚ ਬ੍ਰੇਕ ਟਾਈਮ 'ਚ ਫੜਦੀ ਹਾਂ, ਫਿਰ ਇਹਨਾਂ ਨੂੰ ਬਿਠਾ ਕੇ ਖਾਣਾ ਖਵਾਉਂਦੀ ਹਾਂ, ਜੇ ਮੈਂ ਨਹੀਂ ਜਾਊਂਗੀ ਇਹਨਾਂ ਨੂੰ ਖਾਣਾ ਕੌਣ ਖਵਾਊਗਾ ਉੱਥੇ। ਸੋ ਫਿਰ ਉਹ ਖੁਸ਼ ਹੋਏ,
ਕਿ ਨਹੀਂ ਸੋਹਣਾ ਕਰ ਰਹੀ ਹੈ, ਬੱਚਿਆਂ ਨੂੰ ਵੀ ਸੰਭਾਲ ਰਹੀ ਹੈ, ਮੇਰੇ ਕੋਲ ਰਹਿ ਕੇ ਦੇਖ ਕੇ ਫਿਰ ਮੈਨੂੰ ਓਕੇ ਕਰ ਗਏ ਕਿ ਨਹੀਂ ਹੁਣ ਤੁਸੀਂ ਸਰਵਿਸ ਕਰ ਲਓ। ਫਿਰ ਮੈਂ 4 ਸਾਲ ਪ੍ਰਾਈਵੇਟ ਸਕੂਲ ਸੀਗਾ ਉਹ ਸ਼੍ਰੋਮਣੀ ਕਮੇਟੀ ਦੇ ਅੰਦਰ, ਉੱਥੇ ਜੋਬ ਕੀਤੀ। ਇਨ ਬਿਟਵੀਨ ਕੀ ਹੋਇਆ, ਗੌਰਮੈਂਟ ਨੇ ਕੱਢਤੀਆਂ ਪੋਸਟਾਂ, ਮੈਂ ਉੱਧਰ ਅਪਲਾਈ ਕਰਤਾ, ਮੇਰਾ ਐਕਸਪੀਰੀਅੰਸ ਹੋ ਗਿਆ, 4 ਨੰਬਰ ਮੈਨੂੰ ਐਕਸਪੀਰੀਅੰਸ ਦੇ ਮਿਲ ਗਏ ਅਤੇ ਮੇਰੀ ਮੈਰਿਟ ਸੀਗੀ ਜਿਹੜੀ ਹਾਈ ਹੋ ਗਈ। ਉੱਧਰੋਂ ਜਦੋਂ ਅਪਲਾਈ ਕੀਤਾ ਤਾਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚੋਂ ਮੇਰਾ 2nd ਨੰਬਰ ਆ ਗਿਆ। ਮੈਨੂੰ ਫਿਰ ਬੜੀ ਖੁਸ਼ੀ ਹੋਈ ਕਿ ਮੈਨੂੰ ਗੌਰਮੈਂਟ ਜੋਬ ਮਿਲ ਗਈ 35 ਸਾਲ ਦੀ ਏਜ 'ਚ ਜਾ ਕੇ। ਬਹੁਤ ਸ਼ੁਰੂ ਤੋਂ ਲੱਗੀ ਹੋਈ 19-20 ਸਾਲ ਦੀ ਉਮਰ ਤੋਂ ਉਸ ਵੇਲੇ ਜਾ ਕੇ ਸੁਪਨਾ ਪੂਰਾ ਹੋਇਆ ਕਿ ਗੌਰਮੈਂਟ ਜੋਬ ਮਿਲ ਗਈ। ਫਿਰ ਪ੍ਰੋਬਲਮ ਉਹੀ ਆ ਗਈ, ਮੇਰੇ ਪੇਰੈਂਟਸ ਵੀ ਔਖੇ ਅਤੇ ਮੇਰੇ ਇਨ ਲੋਜ਼ ਵੀ ਔਖੇ। ਸਾਡੇ ਕੀ ਹੁੰਦਾ ਕਿ ਸਕੂਲਾਂ ਦੇ ਵਿੱਚ ਕੋਈ ਮਾਹੌਲ ਇੰਡੀਆ ਦੇ ਵਿੱਚ ਸੋਹਣਾ ਨਹੀਂ ਹੁੰਦਾ, ਤਾਂ ਮੇਰੇ ਬ੍ਰਦਰ ਹੋਣੀ ਕਹਿਣ ਲੱਗੇ ਕਿ ਤੁਸੀਂ ਨਹੀਂ ਜਾ ਸਕਦੇ ਸਕੂਲ, ਸਕੂਲ ਦੀ ਜੋਬ ਨਹੀਂ ਕਰਨੀ, ਗੌਰਮੈਂਟ ਸਕੂਲ 'ਚ ਨਹੀਂ ਜਾਣਾ। ਮੇਰੇ ਫਾਦਰ ਲਾ ਫਿਰ ਕਹਿੰਦੇ ਉੱਥੇ ਤਾਂ ਤੂੰ ਬੱਚਿਆਂ ਦੀ ਕੇਅਰ ਕਰਦੀ ਸੀ, ਹੁਣ ਤੂੰ ਕਿਤੇ ਹੋਰ ਜਾਏਂਗੀ, ਬੱਚੇ ਹੋਰ ਜਾਣਗੇ, ਫਿਰ ਇਹ ਵੀ ਔਖਾ ਹੋ ਜਾਊਗਾ। ਫਿਰ ਹਸਬੈਂਡ ਨੇ ਸਾਥ ਦਿੱਤਾ, ਮੈਂ ਗੌਰਮੈਂਟ ਸਕੂਲ ਜੁਆਇਨ ਕੀਤਾ। ਉਸ ਵੇਲੇ ਜਦੋਂ ਮੈਂ ਗੌਰਮੈਂਟ ਸਕੂਲ ਦੀ ਮੇਰੀ ਪੋਸਟਿੰਗ ਹੋਈ, ਮੈਨੂੰ ਦਾਖਾ ਪਿੰਡ ਮਿਲਿਆ, ਸਰਕਾਰੀ ਕੰਨਿਆ ਹਾਈ ਸਕੂਲ ਦਾਖਾ, ਤਾਂ ਉਹ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੂੰ ਵੀ ਪੜ੍ਹਿਆ ਸੀਗਾ ਸਿਲੇਬਸ ਦੇ ਵਿੱਚ। ਫਿਰ ਮਨ ਦੇ ਵਿੱਚ ਇੱਕ ਚਾਅ ਆਇਆ ਕਿ ਮੈਂ ਐਡੇ ਵੱਡੇ ਰਾਈਟਰ ਦੇ ਪਿੰਡ ਜਾ ਰਹੀ ਹਾਂ ਜਿੱਥੇ ਮੈਨੂੰ ਜੋਬ ਮਿਲੀ, ਮਤਲਬ ਸਭ ਕੁਛ ਮਿਲਦਾ ਗਿਆ। ਜਦੋਂ ਮੈਂ ਉੱਥੇ ਦਾਖੇ ਸਕੂਲ ਜੁਆਇਨ ਕੀਤਾ, ਬਹੁਤ ਜ਼ਿਆਦਾ ਫਰਕ ਸੀ। ਫਰਕ ਇਹ ਸੀਗਾ ਕਿ ਸਾਡੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਬਹੁਤ ਸੋਹਣੇ ਹੁੰਦੇ ਨੇ, ਬੜਾ ਉਹਨਾਂ ਦਾ ਇੱਕ ਟੀਚਰ ਦੀ ਇੱਜ਼ਤ ਹੁੰਦੀ ਆ ਉੱਥੇ, ਕਾਫੀ ਅੱਛੇ ਹੁੰਦੇ ਨੇ। ਸੋ ਉੱਥੇ ਜਾ ਕੇ ਕਾਫੀ ਔਖਾ ਲੱਗਿਆ ਉਹ ਸਕੂਲ ਦੇ ਵਿੱਚ, ਪਰ ਆਦਤ ਪਈ ਹੋਈ ਸੀ ਮਿਹਨਤ ਦੀ। ਫਿਰ ਮੈਂ ਬੱਚਿਆਂ ਨੂੰ ਚੱਕਣਾ ਸ਼ੁਰੂ ਕੀਤਾ ਕਿ ਇਹਨਾਂ ਨੂੰ ਇਹ ਸੋਚ ਕੇ ਨਹੀਂ ਛੱਡਣਾ ਕਿ ਨਹੀਂ ਪੜ੍ਹਨ ਵਾਲੇ ਹੈਗੇ, ਕਿ ਮੈਨੂੰ ਤਾਂ ਗੌਰਮੈਂਟ ਦੀ ਪੇ ਮਿਲ ਜਾਣੀ ਹੈ ਅਤੇ ਮੈਂ ਬੱਚਿਆਂ ਨੂੰ ਨਹੀਂ ਦੇਖਣਾ। ਇੱਕ ਤਾਂ ਸੰਤ ਸਿੰਘ ਸੇਖੋਂ ਨੂੰ ਮਿਲਣ ਦੀ ਤਮੰਨਾ ਸੀ, ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਬਿਮਾਰ ਸੀਗੇ। ਫਿਰ ਇੱਕ ਦਿਨ ਪ੍ਰਿੰਸੀਪਲ ਨਾਲ ਗੱਲ ਕੀਤੀ ਕਿ ਉਹ ਐਡੇ ਵੱਡੇ ਰਾਈਟਰ ਨੇ, ਸਾਡਾ ਸਕੂਲ ਦਾ ਇੱਕ ਬਣਦਾ ਕਿ ਅਸੀਂ ਉਹਨਾਂ ਦੀਆਂ, ਉਹਨਾਂ ਦੇ ਪਿੰਡ ਦੇ ਬੱਚੇ ਉਹਨਾਂ ਦੀਆਂ ਲਿਖਤਾਂ ਪੜ੍ਹ ਰਹੇ ਨੇ, ਅਸੀਂ ਉਹਨਾਂ ਨੂੰ ਪੜ੍ਹਾ ਰਹੇ ਹਾਂ, ਕਿ ਅਸੀਂ ਸਟਾਫ ਸਕੂਲ ਦਾ ਸਟਾਫ ਜਾ ਕੇ ਉਹਨਾਂ ਨੂੰ ਮਿਲ ਕੇ ਆਈਏ। ਤਾਂ ਮੈਂ ਵੀ ਨਾਲ ਗਈ ਉਹਨਾਂ ਨੂੰ ਮਿਲਿਆ, ਪਰ ਉਹ ਗੱਲਬਾਤ ਨਹੀਂ ਸੀ ਕਰਦੇ, ਬੇਹੋਸ਼ ਸੀਗੇ। ਥੋੜ੍ਹੇ ਦਿਨਾਂ ਬਾਅਦ ਉਹਨਾਂ ਦੀ ਡੈਥ ਹੋ ਗਈ, ਇਹ ਵੀ ਤਮੰਨਾ ਪੂਰੀ ਹੋਈ। ਬਹੁਤ ਵੱਡੇ ਰਾਈਟਰ ਸੀਗੇ ਉਹ ਸਾਡੇ, ਬਾਬਾ ਬੋੜ ਕਿਹਾ ਜਾਂਦਾ ਸੀਗਾ ਪੰਜਾਬੀ ਸਾਹਿਤ ਦਾ ਉਹਨਾਂ ਨੂੰ। ਉਸ ਤੋਂ ਬਾਅਦ ਪੰਜਾਬੀ ਗੌਰਮੈਂਟ ਸਕੂਲ ਦੇ ਵਿੱਚ ਬਹੁਤ ਮਿਹਨਤ ਕੀਤੀ, ਦਿਲੋਂ ਹੀ ਕੀਤੀ, ਕਿਉਂਕਿ ਬੱਚੇ ਮੇਰੇ ਕੋਲ 6ਵੀਂ ਜਮਾਤ ਤੋਂ ਆਉਂਦੇ ਸੀਗੇ। ਮੈਂ ਹਾਈ ਸਕੂਲ ਦੇ ਵਿੱਚ ਸੀਗੀ, ਪ੍ਰਾਇਮਰੀ ਸਕੂਲ ਦੇ ਵਿੱਚੋਂ ਜਿਹੜੇ ਬੱਚੇ ਆਉਂਦੇ ਨੇ ਉਹ ਸਾਡੇ ਕੋਲ। ਉੱਥੇ ਇੱਕ ਅਧਿਆਪਕ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ, ਸਰਕਾਰਾਂ ਨੇ ਜਿਹੜੀਆਂ ਉੱਥੇ ਅਧਿਆਪਕ ਦੀ ਡਿਊਟੀ ਹੋਰ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਲਾਉਂਦੇ ਨੇ। ਕੋਈ ਇਲੈਕਸ਼ਨ ਹੋਣੀ ਹੈ ਤਾਂ ਟੀਚਰ ਦੀ ਡਿਊਟੀ ਲੱਗ ਗਈ, ਤਾਂ ਸਕੂਲ ਛੱਡ ਕੇ ਉਹਨੂੰ ਉੱਧਰ ਜਾਣਾ ਪੈਂਦਾ, ਤਾਂ ਉਹ ਬੱਚਿਆਂ ਵੱਲ ਪ੍ਰੋਪਰ ਧਿਆਨ ਨਹੀਂ ਦੇ ਪਾਉਂਦੇ ਟੀਚਰ, ਪ੍ਰਾਇਮਰੀ ਤੱਕ ਜਿਹੜੇ ਬੱਚੇ ਹੁੰਦੇ ਨੇ। ਜਦੋਂ ਇੱਕ ਭਾਸ਼ਾ ਦਾ ਤੁਹਾਡਾ, ਇੱਕ ਤਾਂ ਤੁਹਾਡੇ ਘਰ ਦਾ ਵਾਤਾਵਰਨ ਨਹੀਂ ਚੰਗਾ, ਬਿਲਕੁਲ ਅਨਪੜ੍ਹ ਫੈਮਲੀਜ਼ ਨੇ, ਮਤਲਬ ਤੁਸੀਂ ਸੋਚ ਨਹੀਂ ਸਕਦੇ ਉੱਥੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ, ਹੈ ਨਾ, ਨਾ ਉਹਨਾਂ ਕੋਲ ਪੈਸਾ ਕਿ ਉਹਨਾਂ ਨੂੰ ਚੰਗੇ ਸਕੂਲਾਂ 'ਚ ਪੜ੍ਹਾ ਸਕਣ। ਉਹਨਾਂ ਬੱਚਿਆਂ ਨੂੰ ਦੇਖ ਕੇ ਲੱਗਿਆ ਕਿ ਨਹੀਂ, ਇਹਨਾਂ ਨੂੰ ਇੱਦਾਂ ਨਹੀਂ ਛੱਡ ਹੋਣਾ, ਇਹਨਾਂ 'ਤੇ ਮਿਹਨਤ ਕਰਨੀ ਪੈਣੀ ਹੈ। ਸੋ ਉਹਨਾਂ ਨੂੰ ਜੋੜਿਆ ਆਪਣੇ ਨਾਲ, 6ਵੀਂ ਜਮਾਤ ਤੋਂ ਬੱਚੇ ਮੇਰੇ ਕੋਲ ਆਉਂਦੇ ਸੀਗੇ, ਉਹਨਾਂ 'ਚ ਕੌਨਫੀਡੈਂਸ ਪੈਦਾ ਕੀਤਾ, ਉਹਨਾਂ ਨੂੰ ਬੋਲਣ ਦੀ ਕੀਤੀ, ਕਿਉਂਕਿ ਬੱਚੇ ਬੋਲਦੇ ਹੀ ਨਹੀਂ ਸੀ, ਕੋਈ ਉਹਨਾਂ ਨੂੰ ਗੱਲ ਕਰਨੀ ਕੁਛ ਕਰਨਾ ਉਹਨਾਂ ਨੇ। ਇੱਕ ਉਸ ਵੇਲੇ ਮੈਨੂੰ ਲੱਗਦਾ ਕਿ ਸਾਰੇ ਟੀਚਰ ਇੱਕੋ ਜਿਹੇ ਨਹੀਂ ਹੁੰਦੇ, ਟੀਚਰਾਂ ਦਾ ਡਰ ਦਬਦਬਾ ਕਿ ਬੱਚਾ ਬੋਲ ਹੀ ਨਹੀਂ ਸਕਦਾ, ਬੱਚਾ ਕੌਨਫੀਡੈਂਟ ਨਹੀਂ, ਉਧਰੋਂ ਘਰ ਦਾ ਮਾਹੌਲ, ਪੇਰੈਂਟਸ ਜ਼ਿਆਦਾਤਰ ਸ਼ਰਾਬ ਵਗੈਰਾ ਪੀਂਦੇ ਸੀ, ਤੰਗ ਕਰਦੇ ਸੀ, ਤਾਂ ਬੱਚਿਆਂ 'ਚ ਪਹਿਲਾਂ ਤਾਂ ਕੌਨਫੀਡੈਂਸ ਪੈਦਾ ਕੀਤਾ, ਉਹਨਾਂ ਨੂੰ ਪਿਆਰ ਕਰਨਾ ਸ਼ੁਰੂ ਕੀਤਾ, ਨਾਲ ਲਾਉਣਾ ਸ਼ੁਰੂ ਕੀਤਾ, ਉਹਨਾਂ ਦੀ ਹੈਲਪ ਕਰਨੀ ਸ਼ੁਰੂ ਕੀਤੀ, ਕਿਤੇ ਉਹਨਾਂ ਨੂੰ ਪੈਸੇ ਦੀ ਲੋੜ ਹੈ, ਕਿਤੇ ਉਹਨਾਂ ਨੂੰ ਬੁੱਕਸ ਦੀ ਲੋੜ ਹੈ, ਉਹ ਫਿਰ ਆਪਣੇ ਕੋਲੋਂ ਲੈ ਕੇ ਦੇਣੀਆਂ। ਸੋ ਉਹਨਾਂ ਨੂੰ ਪੜ੍ਹਾਉਣ ਦਾ ਜਿਹੜਾ ਮੈਂ ਤਰੀਕਾ ਸ਼ੁਰੂ ਕੀਤਾ ਕਿ ਇਹਨਾਂ ਨੂੰ ਵਿਸ਼ੇ ਦੇ ਨਾਲ ਜੋੜ ਕੇ ਪੜ੍ਹਾਇਆ ਜਾਵੇ। ਇਹ ਨਹੀਂ ਹੈ ਕਿ ਕਲਾਸ ਦੇ ਵਿੱਚ ਇੱਕ ਬੁੱਕ ਦੇਤੀ, ਜ਼ਿਆਦਾਤਰ ਇਹ ਹੁੰਦਾ ਕਿ ਇੱਕ ਬੁੱਕ ਬੱਚਾ ਉੱਠ ਕੇ, ਹਾਂਜੀ ਬੱਚੇ ਲੈਸਨ ਸਟਾਰਟ ਕਰੋ ਪੜ੍ਹੋ, ਇੱਕ ਬੱਚਾ ਕਲਾਸ ਦੇ ਵਿੱਚ ਪੜ੍ਹ ਰਿਹਾ, ਬਾਕੀ ਬੱਚੇ ਸੁਣ ਰਹੇ ਨੇ, ਟੀਚਰ ਆਪਣਾ ਕੰਮ ਕਰੀ ਜਾਂਦਾ, ਉਹਨੂੰ ਕੋਈ ਇੰਟਰਸਟ ਨਹੀਂ। ਸੋ ਮੈਨੂੰ ਇਹ ਲੱਗਿਆ ਕਿ ਇੱਕ ਇੱਕ ਬੱਚੇ ਨੂੰ, ਸਾਡੇ 30-40 ਬੱਚੇ ਇੱਕ ਕਲਾਸ ਦੇ ਵਿੱਚ ਹੁੰਦੇ ਸੀਗੇ, ਕਿ ਇੱਕ ਇੱਕ ਬੱਚੇ ਦਾ ਜਿਹੜਾ ਮਾਇੰਡ ਹੈ, ਜੋ ਜਦੋਂ ਮੈਂ ਕਲਾਸ ਦੇ ਵਿੱਚ ਬੋਲ ਰਹੀ ਹਾਂ ਤਾਂ ਇੱਕ ਇੱਕ ਬੱਚਾ ਮੇਰੇ ਨਾਲ ਜੁੜਿਆ ਹੋਣਾ ਚਾਹੀਦਾ। ਇਹ ਨਹੀਂ ਕਿ ਮੈਂ ਬੋਲ ਰਹੀ ਹਾਂ ਅਤੇ ਬੱਚੇ ਦਾ ਕਿਤੇ ਧਿਆਨ ਹੈ, ਬੱਚੇ ਦਾ
ਮੈਨੂੰ ਇੱਕਦਮ ਪਤਾ ਲੱਗ ਜਾਂਦਾ ਸੀ ਕਿ ਕਿਹੜਾ ਬੱਚਾ ਮੈਨੂੰ ਸੁਣ ਰਿਹਾ, ਦਿਮਾਗੀ ਤੌਰ 'ਤੇ ਇੱਥੇ ਹਾਜ਼ਰ ਹੈ ਅਤੇ ਕਿਹੜਾ ਨਹੀਂ ਹਾਜ਼ਰ। ਤਾਂ ਉਹ ਬੱਚਿਆਂ ਨੂੰ ਇੱਕ ਉਹਨਾਂ ਦੇ ਦਿਮਾਗ ਦੇ ਵਿੱਚੋਂ ਹਊਆ ਕੱਢਿਆ ਕਿ ਇੰਗਲਿਸ਼ ਕੋਈ ਬਹੁਤ ਵੱਡੀ ਗੱਲ ਨਹੀਂ, ਇਹਨੂੰ ਤੁਸੀਂ ਪਾਸ ਹੋਣ ਜੋਗਾ ਪੜ੍ਹੋ। ਮੈਨੂੰ ਪਤਾ ਸੀ ਕਿ ਸਾਡੇ ਇਸ ਲੈਵਲ ਤੋਂ ਉੱਠ ਕੇ ਸਕੂਲ ਦੇ 250-300 ਬੱਚੇ ਦੇ ਵਿੱਚੋਂ ਕੋਈ ਇੱਕ ਅੱਧਾ ਜਿਹੜਾ ਇੰਟੈਲੀਜੈਂਟ ਹੁੰਦਾ, ਬਾਕੀ ਸਾਰੇ ਮੈਨੂੰ ਇਹ ਸੀ ਮੇਰੇ ਲੈਵਲ ਦੇ ਹੀ ਨੇ। ਜਿਸ ਤਰ੍ਹਾਂ ਦੇ ਮਾਹੌਲ 'ਚੋਂ ਮੈਂ ਆਈ ਹਾਂ, ਮੇਰਾ ਤਾਂ ਮਾਹੌਲ ਪੜ੍ਹਿਆ ਲਿਖਿਆ ਸੀਗਾ, ਪਰ ਇਹ ਬੱਚਿਆਂ ਦਾ ਤਾਂ ਕੋਈ ਪੜ੍ਹਿਆ ਲਿਖਿਆ ਮਾਹੌਲ ਵੀ ਹੈ ਨਹੀਂ, ਕੁਛ ਨਹੀਂ ਹੈਗਾ। ਸੋ ਉਹਨਾਂ ਨੂੰ ਪੰਜਾਬੀ ਲਈ ਪਹਿਲਾਂ ਤਾਂ ਤਿਆਰ ਕੀਤਾ, ਜਦੋਂ ਪੰਜਾਬੀ ਸ਼ੁੱਧ ਬੋਲਣ ਲੱਗ ਗਏ, ਕੌਨਫੀਡੈਂਸ ਆ ਗਿਆ, ਤਾਂ ਉਹ ਬੱਚੇ ਬਹੁਤ ਸੋਹਣਾ ਚੱਲਣ ਲੱਗ ਗਏ, ਸਾਰੇ ਸਬਜੈਕਟਾਂ ਦੇ ਵਿੱਚ ਹੀ ਚੱਲਣ ਲੱਗ ਗਏ। ਆਪਣੇ ਟੀਚਰਸ ਨੂੰ ਵੀ ਉਵੇਂ ਗਾਈਡ ਕੀਤਾ ਕਿ ਤੁਸੀਂ ਇਹਨਾਂ ਨਾਲ ਇੱਦਾਂ ਵਿਹਾਰ ਨਾ ਕਰੋ, ਇਹਨਾਂ ਨੂੰ ਬੱਚਿਆਂ ਨੂੰ ਆਪਾਂ ਨਾਲ ਲੈ ਕੇ ਚੱਲੀਏ। ਤਾਂ ਜਿਹੜੇ ਬੱਚੇ ਸਾਡੇ ਕੋਲੋਂ 10ਵੀਂ ਜਮਾਤ ਕਰਕੇ ਚਲੇ ਗਏ, ਸਕੂਲ ਤੋਂ ਬਾਹਰ ਚਲੇ ਗਏ, ਉਹ ਤੋਂ ਬਾਅਦ ਜਦੋਂ ਉਹਨਾਂ ਦੇ ਪੇਰੈਂਟਸ ਨੇ ਆ ਕੇ ਮੈਨੂੰ ਇਹ ਗੱਲ ਦੱਸੀ ਕਿ ਮੇਰੀ ਬੱਚੀ ਹੈ ਜਿਹੜੀ ਪੰਜਾਬੀ ਦੀ ਲੈਕਚਰਾਰ ਬਣ ਗਈ ਹੈ, ਕੋਈ ਕਿਸੇ ਨੇ ਦੱਸਿਆ ਮੇਰਾ ਬੱਚਾ ਪੰਜਾਬੀ ਦੇ ਵਿੱਚ ਆਹ ਸਟੱਡੀ ਕਰ ਰਿਹਾ, ਉਹ ਕਰ ਰਿਹਾ, ਮੇਰੇ ਕਾਫੀ ਸਟੂਡੈਂਟਸ ਸੀ ਜਿਹੜੇ ਪੰਜਾਬੀ ਟੀਚਰ ਬਣੇ। ਉਸ ਵੇਲੇ ਬੜਾ ਪ੍ਰਾਊਡ ਫੀਲ ਹੋਇਆ ਪੇਰੈਂਟਸ ਨੇ। ਫਿਰ ਕੋਈ ਸਰਵੇ ਹੋਇਆ, ਆਮ ਤਾਂ ਸਾਡੇ ਪੰਜਾਬ ਦੇ ਵਿੱਚ ਇਹ ਧਾਰਨਾ ਹੈਗੀ ਹੈ ਕਿ ਨੈਸ਼ਨਲ ਅਵਾਰਡ ਵਗੈਰਾ ਟੀਚਰਸ ਨੂੰ ਮਿਲਦੇ ਨੇ ਕਿ ਪੈਸੇ ਦੇ ਕੇ ਲੈ ਲੈਂਦੇ ਨੇ, ਤਾਂ ਉਹ ਸਾਡੇ ਕੋਈ ਸਰਵੇ ਕਿਸੇ ਸੋਸਾਇਟੀ ਨੇ ਕੀਤਾ। ਉਹ ਜਿਹੜੇ ਸਾਡੇ ਕੋਲੋਂ ਬੱਚੇ ਪੜ੍ਹ ਕੇ ਆਲੇ ਦੁਆਲੇ ਸਾਰੇ ਸਕੂਲਾਂ ਤੋਂ ਜਾਂਦੇ ਨੇ, ਜੇ ਉਹ ਕਾਲਜਾਂ ਦੇ ਵਿੱਚ ਗਏ, ਕਾਲਜਾਂ ਦੇ ਵਿੱਚ ਜਾ ਕੇ ਉਹਨਾਂ ਨੇ ਬੱਚਿਆਂ ਨੂੰ ਕੋਈ ਸਰਵੇ ਦੇ ਫੋਰਮ ਵਗੈਰਾ ਦਿੱਤੇ, ਉਹਦੇ ਵਿੱਚ ਉਹਨਾਂ ਨੇ ਕੋਈ ਸ਼ੋਅ ਨਹੀਂ ਸੀ ਹੁੰਦਾ ਕਿ ਤੁਹਾਡਾ ਫੇਵਰੇਟ ਟੀਚਰ ਕੌਣ ਸੀ ਜਾਂ ਕੁਛ, ਉਹ 'ਚ ਕੌਲਮੇ ਜਾਂ ਇਸ ਤਰ੍ਹਾਂ ਬਣੇ ਸੀ, ਬੱਚੇ ਨੂੰ ਕੁਛ ਵੀ ਪਤਾ ਨਹੀਂ ਸੀ ਕਿ ਤੁਸੀਂ ਉਹ ਕਾਲਮ ਫਿਲ ਕਰਨੇ ਨੇ, ਉਹਦੇ ਵਿੱਚ ਉਹਨਾਂ ਨੇ ਚੱਕਣਾ ਸੀ। ਉਹਦੇ ਵਿੱਚੋਂ ਮੈਨੂੰ ਬੱਚਿਆਂ ਦੇ ਸਰਵੇ ਦੇ ਵਿੱਚੋਂ ਐਜ਼ ਅ ਬੈਸਟ ਟੀਚਰ ਅਵਾਰਡ ਮਿਲਿਆ। ਮੈਨੂੰ ਜਦੋਂ ਉਹਨਾਂ ਦਾ ਫੋਨ ਆਇਆ ਕਿ ਅਸੀਂ ਤੁਹਾਨੂੰ ਸਿਲੈਕਟ ਕੀਤਾ ਐਜ਼ ਅ ਬੈਸਟ ਟੀਚਰ, ਉਹ ਮੇਰੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸੀਗੀ। ਤਾਂ ਇਹ ਸਾਰਿਆਂ ਤੋਂ ਛੋਟੇ ਸੀ, ਲਾਡਲੇ ਵੀ ਸੀ ਬਹੁਤ, ਹੈ ਨਾ, ਬਾਹਰ ਫਿਰੇ ਤੁਰੇ ਸੀਗੇ, ਯੂਨੀਵਰਸਿਟੀ ਚੰਡੀਗੜ੍ਹ ਪੜ੍ਹੇ ਸੀ, ਕਾਫੀ ਅੱਛੀ ਨੇਚਰ ਹੈ, ਬੜੇ ਕੋਪਰੇਟਿਵ ਨੇ, ਇਹਨਾਂ ਕਰਕੇ ਹੀ ਮੈਂ ਅੱਜ ਇੱਥੇ ਹਾਂ। ਪਿੱਛੋਂ ਮਾਂ ਪਿਓ ਨੇ ਸਹਾਰਾ ਦਿੱਤਾ ਹੋਇਆ ਸੀ, ਆਪਣੀ ਮਿਹਨਤ ਸੀ, ਪਰ ਜਦੋਂ ਤੁਹਾਨੂੰ ਕੋਈ ਸਾਡੇ ਸਮਾਜ ਦੇ ਵਿੱਚ ਕੋਈ ਸਹਾਰਾ ਨਾ ਮਿਲੇ, ਉੱਥੇ ਅਸੀਂ ਕੁੜੀਆਂ ਆਪਣੇ ਆਪ ਨਹੀਂ ਕੁਛ ਕਰ ਸਕਦੀਆਂ। ਸਹੁਰੇ ਘਰ ਦੇ ਵਿੱਚ ਆ ਕੇ ਫਿਰ ਮੈਨੂੰ ਮੇਰੇ ਹਸਬੈਂਡ ਦੀ ਬਦੌਲਤ ਮੈਂ ਅੱਜ ਇੱਥੇ ਹਾਂ। ਬੜੇ ਸੌਫਟ ਸਪੋਕਨ ਨੇ ਆਪਣੇ ਬੇਟੇ, ਇਹਨਾਂ ਨੇ ਦੋਨੇ ਹੀ, ਮੇਰੇ ਬੇਟੇ ਇੰਡੀਆ ਦੇ ਵਿੱਚ ਨੈਸ਼ਨਲ ਸਵਿਮਰ ਸੀਗੇ, ਸਪੋਰਟਸ ਦੇ ਵਿੱਚ ਪਾਏ ਦੋਨੋਂ ਹੀ, ਸੋ ਹੁਣ ਇੱਥੇ ਨੇ ਦੋਨੋਂ। ਫਿਰ ਅਸੀਂ ਆਪਣੀ ਮਿਹਨਤ ਦੇ ਨਾਲ ਆਪਣੇ ਪੁਆਇੰਟ ਸਿਸਟਮ 'ਤੇ ਅਸੀਂ ਇੱਥੋਂ ਦਾ ਅਪਲਾਈ ਕਰ ਲਿਆ। ਅਸੀਂ 2009 ਦੇ ਵਿੱਚ 2009 ਦੇ ਵਿੱਚ ਅਸੀਂ ਇੱਥੇ ਆਏ, ਮੇਰੀ ਉਦੋਂ ਸਰਵਿਸ ਰਹਿੰਦੀ ਸੀਗੀ, ਫਿਰ ਅਸੀਂ ਆ ਕੇ 3 ਮਹੀਨੇ ਲਾ ਕੇ ਵਾਪਸ ਚਲੇ ਗਏ, ਬੱਚਿਆਂ ਨੂੰ ਇੱਥੇ ਛੱਡ ਗਏ, ਸਾਡੇ ਰਿਲੇਟਿਵ ਸੀਗੇ ਇੱਥੇ ਕੁਛ, ਦੋਨੇ ਬੇਟਿਆਂ ਨੂੰ ਇੱਥੇ ਛੱਡ ਗਏ, ਵੱਡਾ ਛੋਟਾ 21 ਸਾਲ ਦਾ ਸੀ, ਵੱਡਾ 23 ਸਾਲ ਦਾ ਸੀਗਾ, ਉਹਨਾਂ ਨੂੰ ਇੱਥੇ ਛੱਡ ਕੇ ਉਹਨਾਂ ਦੇ ਕੋਲ ਅਸੀਂ ਵਾਪਸ ਚਲੇ ਗਏ, ਕਿਉਂਕਿ ਅਸੀਂ ਰਿਟਾਇਰਮੈਂਟ ਲੈਣੀ ਚਾਹੁੰਦੇ ਸੀਗੇ ਪ੍ਰੀ ਮਚਿਓਰ, ਅਤੇ ਉਹਦੇ ਵਿੱਚ ਸਾਨੂੰ ਥੋੜ੍ਹੀ ਜੋਬ ਹੋਰ ਕਰਨੀ ਪੈਣੀ ਸੀਗੀ ਪੈਨਸ਼ਨ ਲੈਣ ਲਈ, ਫਿਰ ਸਾਨੂੰ 2 ਸਾਲ ਉੱਥੇ ਜਾ ਕੇ ਲਾਉਣੇ ਪਏ ਵਾਪਸ। ਅਤੇ ਫਿਰ ਉਹ 2 ਸਾਲ ਦੇ ਵਿੱਚ ਅਸੀਂ ਬੜੇ ਕਨਫਿਊਜ਼ ਰਹੇ, ਕਿਉਂਕਿ ਇਹਨਾਂ ਦੀ ਯੂਨੀਵਰਸਿਟੀ ਦੀ ਜੋਬ ਸੀ ਬਹੁਤ ਅੱਛੀ, ਉਦੋਂ ਤੱਕ ਮੈਂ ਸਕੂਲ ਦੇ ਵਿੱਚ ਐਜ਼ ਆ ਆਫੀਸ਼ੀਏਟਿੰਗ ਪ੍ਰਿੰਸੀਪਲ ਹੋ ਗਈ ਸੀਗੀ, ਰੁਤਬਾ ਅੱਛਾ ਹੋ ਗਿਆ ਸੀ, ਮਾਣ ਸਨਮਾਨ, ਇੱਕ ਆਪਣੇ ਆਪ 'ਤੇ ਕੌਨਫੀਡੈਂਸ ਹੋ ਗਿਆ ਸੀ, ਬੱਚਿਆਂ ਨੂੰ ਆਪਣੇ ਸਕੂਲਦਿਆਂ ਨੂੰ ਸਪੋਰਟਸ ਵੱਲ ਵੀ ਪਾ ਲਿਆ, ਜਿਹੜੀਆਂ ਕੁੜੀਆਂ ਬਹੁਤ ਸੰਗਾਊ ਸੀ, ਪੜ੍ਹਦੀਆਂ ਵੀ ਨਹੀਂ ਸੀ, ਉਹਨਾਂ ਨੂੰ ਸਪੋਰਟਸ ਦੇ ਵਿੱਚ ਪਾ ਕੇ ਉਹਨਾਂ ਦੇ ਨਾਲ ਜਾਣਾ, ਉਹਨਾਂ ਲਈ ਵਿਚਾਰੀਆਂ ਗਰੀਬ ਘਰਾਂ ਦੀਆਂ ਹੁੰਦੀਆਂ ਸੀ, ਖਾਣ ਪੀਣ ਦੀ ਵੀ ਪਰਮਾਤਮਾ ਵੱਲੋਂ ਹੈਲਪ ਕਰਨੀ, ਫਰੂਟਸ ਵਗੈਰਾ, ਦੁੱਧ ਵਗੈਰਾ ਉਹਨਾਂ ਦੀ ਬੱਚਿਆਂ ਦੀ ਹੈਲਪ ਕਰਨੀ। ਅਤੇ ਆਉਣ ਨੂੰ ਦਿਲ ਨਹੀਂ ਸੀ ਕਰਦਾ ਇੱਥੇ ਕਿ ਜੋਬ ਛੱਡ ਕੇ ਆਈਏ, ਬਟ ਫਿਰ ਉੱਥੇ 2 ਰਸਤੇ ਹੋ ਗਏ, ਆਲਵੇਜ਼ 2 ਰਸਤੇ ਮੇਰੇ ਲਈ ਚੱਲਦੇ ਰਹੇ, 2 ਰਸਤੇ ਇਹ ਹੋ ਗਏ, ਬੱਚੇ ਇੱਥੇ ਸੀ, ਅਸੀਂ ਉੱਥੇ ਸੀ, ਜਦੋਂ ਹਸਬੈਂਡ ਨਹੀਂ ਮੰਨੇ, ਹਸਬੈਂਡ ਕਹਿੰਦੇ ਸੀ ਇੱਥੇ ਬੜੀ ਸੋਹਣੀ ਜੋਬ ਕਰਦੇ ਹਾਂ, ਗੁਜ਼ਾਰੇ ਜੋਗੀ ਪਿੰਡ, ਜ਼ਮੀਨ ਹੈਗੀ ਹੈ, ਸਾਰਾ ਕੁਝ, ਸਾਡਾ ਸੋਸ਼ਲ ਸਰਕਲ ਉੱਥੇ ਅੱਛਾ ਸੀਗਾ, ਕਹਿੰਦੇ ਸੀ ਨਹੀਂ ਜਾਣਾ। ਅਖੀਰ 'ਤੇ ਫਿਰ ਆ ਕੇ ਇਹ ਗੱਲ ਹੋਈ, ਮੈਂ ਥੋੜ੍ਹੀ ਸਖਤ ਹੋਈ, ਮੈਂ ਕਿਹਾ ਆਪਾਂ 2 ਜਾਣੇ ਹਾਂ, ਬੱਚੇ ਉੱਥੇ ਨੇ, ਫਿਊਚਰ ਦੇ ਵਿੱਚ ਓਲਡ ਹੋਣਾ, ਮੈਂ ਪਹਿਲਾਂ ਤੁਰ ਗਈ, ਤੁਹਾਨੂੰ ਕੌਣ ਸੰਭਾਲੂਗਾ, ਤੁਹਾਨੂੰ ਕੁਛ ਹੋ ਗਿਆ ਤਾਂ ਮੈਂ ਇਕੱਲੀ ਸ਼ਹਿਰ ਦੇ ਵਿੱਚ ਇੱਥੇ ਕੀ ਕਰੂੰਗੀ। ਸੋ ਫਿਊਚਰ ਦੇ ਵਿੱਚ ਸਾਨੂੰ ਬੱਚਿਆਂ ਦੀ ਲੋੜ ਹੈ, ਬੱਚਿਆਂ ਦੇ ਕੋਲ ਸਾਨੂੰ ਜਾਣਾ ਚਾਹੀਦਾ। ਬੜਾ ਔਖਾ 2014 ਦੇ ਵਿੱਚ, 2014 ਦੇ ਵਿੱਚ
ਉਦੋਂ ਤੱਕ ਅਸੀਂ ਦੋਨੋਂ ਬੇਟੇ ਵਿਆਹ ਵੀ ਲਏ ਸੀਗੇ, ਛੋਟੇ ਦਾ 14 'ਚ ਵਿਆਹ ਕੀਤਾ, ਵੱਡੇ ਦਾ 11 ਦੇ ਵਿੱਚ ਕੀਤਾ। ਉਦੋਂ ਫਿਰ ਅਸੀਂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਕੇ ਇੱਥੇ ਆਏ 2014 ਦੇ ਵਿੱਚ।